ਸੰਦੀਪ ਠਾਕੁਰ ਜਿੰਦਾਬਾਦ, ਸੰਦੀਪ ਠਾਕੁਰ ਜਿੰਦਾਬਾਦ, ਸੰਦੀਪ ਠਾਕੁਰ ਜਿੰਦਾਬਾਦ, ਸੰਦੀਪ ਠਾਕੁਰ ਜਿੰਦਾਬਾਦ। ਹਾਂਜੀ, 2024 ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਜਿਹੜਾ ਬਿਗਲ ਵੱਜ ਚੁੱਕਾ ਹੈ, ਜਿਹਦੇ ਕਰਕੇ ਪਿੰਡਾਂ ਦੇ ਵਿੱਚ ਜਿਹੜੀ ਬੜੀ ਚਹਿਲ ਪਹਿਲ ਦੇਖੀ ਜਾ ਰਹੀ ਹੈ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਪਿੰਡ ਹਵੇਲੀ, ਗ੍ਰਾਮ ਪੰਚਾਇਤ ਹਵੇਲੀ, ਜਿਹੜਾ ਕਿ ਦੀਨਾ ਵਿਧਾਨ ਸਭਾ ਹਲਕ ਦੇ ਵਿੱਚ ਪੈਂਦਾ। ਅੱਜ ਉੱਥੇ ਇੱਕ ਸਰਸੰਮਤੀ ਹੋਈ ਹੈ, ਦੇਖਣ ਵਿੱਚ ਆਇਆ ਕਿ ਸੁਣਨ ਵਿੱਚ ਆਇਆ ਕਿ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਜਿਹੜੀ ਆ ਆਮ ਹੀ ਮਤਲਬ ਜਿਹੜੀ ਆ ਉਹ ਸਰਬਸੰਮਤੀ ਹੁੰਦੀ ਆ ਰਹੀ ਹੈ। ਅੱਜ ਸਾਡੇ ਨਾਲ ਨਾ ਨਵ ਨਿਯੁਕਤ ਸਰਪੰਚ ਸੰਦੀਪ ਠਾਕੁਰ ਜੀ ਆਪਣੇ ਮੈਂਬਰਾਂ ਸਮੇਤ ਗਲੇ 'ਚ ਹਾਰ ਪਾ ਕੇ ਬੜੇ ਵਧੀਆ ਨਜ਼ਰ ਆ ਰਹੇ ਨੇ। ਇਹਨਾਂ ਨੇ ਇੱਕ ਬੜਾ ਵਧੀਆ ਮੈਸੇਜ ਦਿੱਤਾ ਕਿ ਲੜਾਈਆਂ ਝਗੜੇ ਖਤਮ ਕਰਕੇ ਪਿੰਡਾਂ ਦੇ ਵਿੱਚ ਜਿਹੜੀ ਆ ਸਰਬਸੰਮਤੀ ਹੋਣੀ ਚਾਹੀਦੀ ਆ, ਤਾਂ ਜੋ ਜਿਹੜੇ ਪਿੰਡਾਂ ਦੇ ਹਾਲਾਤ ਠੀਕ ਰਹਿਣ ਅਤੇ ਲੜਾਈਆਂ ਜਿਹੜੀਆਂ ਖਤਮ ਹੋ ਜਾਣ। ਅਸੀਂ ਗੱਲ ਕਰਦੇ ਹਾਂ ਸੰਦੀਪ ਠਾਕੁਰ ਜੀ, ਜੋ ਨਵੇਂ ਸਰਪੰਚ ਜਿਹੜੇ ਅੱਜ ਪਿੰਡ ਦੇ ਲੋਕਾਂ ਜਿਹੜੇ ਚੁਣੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰਪੰਚ ਸਾਹਿਬ, ਅੱਜ ਬੜਾ ਤੁਹਾਡੇ ਵਾਸਤੇ ਵੱਡਾ ਦਿਨ ਹੈ ਕਿ ਅੱਜ ਤੁਸੀਂ ਜਿਹੜੇ ਅੱਜ ਸਰਪੰਚ ਚੁਣੇ ਹੋ, ਪਿੰਡ ਨੇ ਬੜੀ ਸਰਸੰਮਤੀ ਦਿਖਾਈ ਹੈ, ਚੋਣਾਂ ਅੱਜ ਹੀ ਤੁਸੀਂ ਮਤਲਬ ਜਿਹੜਾ ਆਪਣੇ ਗਲੇ 'ਚ ਹਾਰ ਪਾ ਕੇ ਸਰਪੰਚ ਬਣ ਚੁੱਕੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਪਿੰਡ ਦਾ, ਵਾਸੀਆਂ ਦਾ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਇਹ ਮੌਕਾ ਦਿੱਤਾ। ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਤੁਹਾਡਾ ਵੀ, ਜਿਨ੍ਹਾਂ ਨੇ ਮੈਨੂੰ ਜਨਤਾ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਮੈਂ ਇਹੀ ਮੈਸੇਜ ਦਾਂਗਾ ਕਿ ਸਾਨੂੰ ਲੋਕਾਂ ਨੂੰ ਰਾਜਨੀਤੀ ਤੋਂ ਉੱਠ ਕੇ ਭਾਈਚਾਰਕ ਸਾਂਝ ਵਾਸਤੇ ਆਪਣੇ ਪਿੰਡ 'ਚ ਸਰਬਸੰਮਤੀ ਕਰਨੀ ਚਾਹੀਦੀ ਹੈ, ਜਿਹਦੇ ਨਾਲ ਪਿੰਡ ਦਾ ਨੁਕਸਾਨ ਨਾ ਹੋਏ ਅਤੇ ਸਾਡਾ ਭਾਈਚਾਰਾ ਵੀ ਬਣਿਆ ਰਹੇ। ਅਤੇ ਮੈਂ ਬਾਕੀ ਵੀ ਜਿਹੜੇ ਲਾਗੇ ਛਾਗੇ ਪਿੰਡ ਆ ਉਹਨਾਂ ਨੂੰ ਵੀ ਇਹੀ ਕਹਾਂਗਾ ਕਿ ਸਾਨੂੰ ਆਪਣੇ ਨਿੱਜੀ ਸਵਾਰ ਛੱਡ ਕੇ ਪਿੰਡ ਦੀ ਭਲਾਈ ਵਾਸਤੇ ਸਰਬਸੰਮਤੀ ਵਾਲੇ ਪਾਸੇ ਚੱਲਣਾ ਚਾਹੀਦਾ। ਸਰਪੰਚ ਸਾਹਿਬ, ਦੇਖਣ ਦੇ ਵਿੱਚ ਆਉਂਦਾ ਕਿ ਜਿਹੜੇ ਪਿੰਡਾਂ ਵਿੱਚ ਮਾੜੇ ਜਿਹੇ ਵੀ ਕੰਪਰੋਮਾਈਜ਼ ਜਾਂ ਲੋਕ ਰਲ ਮਿਲ ਕੇ ਬੈਠਦੇ ਆ, ਤਾਂ ਕੋਈ ਨਾ ਕੋਈ ਚੋਣ ਆ ਜਾਂਦੀ ਹੈ। ਚੋਣ ਆਉਣ ਤੋਂ ਬਾਅਦ ਫਿਰ ਲੋਕਾਂ ਦੇ ਜਿਹੜੇ ਹਾਲਾਤ ਨਾ ਉਹ ਵੋਟਾਂ ਨੂੰ ਲੈ ਕੇ ਜਾਂ ਅਹੁਦਿਆਂ ਨੂੰ ਲੈ ਕੇ ਜਿਹੜੀ ਹੈ ਉਹ ਲੜਾਈ ਫਿਰ ਪੈ ਜਾਂਦੀ ਹੈ। ਤੁਸੀਂ ਇੱਕ ਬੜਾ ਵਧੀਆ ਤੁਹਾਡੇ ਪਿੰਡ ਦੇ ਲੋਕਾਂ ਨੇ ਉਪਰਾਲਾ ਕੀਤਾ ਜਿਹੜਾ ਕਿ ਤੁਸੀਂ ਅੱਜ ਸਰਪੰਚ ਬਣੇ ਹੋ ਸਰਸੰਮਤੀ ਨਾਲ। ਕੀ ਲੱਗਦਾ ਸਰਕਾਰ ਦਾ ਵੀ ਇੱਕ ਫੈਸਲਾ ਕਿ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇਗੀ? ਕੀ ਲੱਗਦਾ ਪਿੰਡਾਂ ਦੇ ਕੀ ਤੁਹਾਡੇ ਜਿਹੜੇ ਅਹਿਮ ਜਿਹੜੇ ਮੋਦੀ ਹੋਣਗੇ ਜਿਹੜੇ ਪਿੰਡਾਂ ਨੂੰ ਲੈ ਕੇ ਤੁਸੀਂ ਜਿਹੜੇ ਉਹ ਕਰਾਓਗੇ? ਦੇਖੋ ਜੀ, ਪਿੰਡਾਂ 'ਚ ਸਭ ਤੋਂ ਪਹਿਲਾਂ ਸਿਹਤ ਦੇ ਪ੍ਰਤੀ ਸਾਨੂੰ ਜਾਗਰੂਕ ਹੋਣਾ ਚਾਹੀਦਾ, ਹੈਲਥ ਦੇ ਹੋਣੇ ਚਾਹੀਦੇ ਆ। ਦੂਸਰਾ ਸਭ ਤੋਂ ਵੱਡਾ ਐਜੂਕੇਸ਼ਨ, ਕਿਉਂਕਿ ਜੇ ਸਾਡੇ ਨਾਗਰਿਕ ਪੜ੍ਹੇ ਲਿਖੇ ਹੋਣਗੇ ਤਾਂ ਆਹ ਲੜਾਈਆਂ ਝਗੜਿਆਂ ਨੂੰ ਅਸੀਂ ਆਪ ਭੁੱਲ ਜਾਵਾਂਗੇ। ਬਾਕੀ ਜੋ ਵੀ ਹੈ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਜਿੱਦਾਂ ਵੀ ਹੋਏ ਅਤੇ ਸਾਡੀ ਜਿਹੜੀ ਪੰਚਾਇਤ ਹੈ 2003 ਤੋਂ ਰੈਗੂਲਰ ਸਰਬਸੰਮਤੀ ਹੋ ਰਹੀ ਹੈ ਅਤੇ ਸਾਡੇ ਹਰ ਦੇਖੋ ਆਪਣੇ ਸਵਾਰਥਾਂ ਨੂੰ ਛੱਡਣੇ ਪੈਂਦਾ, ਕਿਸੇ ਨੂੰ ਛੱਡ ਕੇ ਕਿਸੇ ਨੂੰ ਨੁਕਸਾਨ ਵੀ ਹੁੰਦਾ, ਪਰ ਸਾਨੂੰ ਪਿੰਡ ਦੀ ਭਲਾਈ ਵਾਸਤੇ ਇਕੱਠੇ ਹੋ ਕੇ ਇੱਕ ਮੰਚ 'ਤੇ ਆਉਣਾ ਚਾਹੀਦਾ। ਪਿੰਡ ਦੇ ਲੰਬੜਦਾਰ ਮੋਦਵਾਰ ਸਾਹਿਬ ਵੀ ਨਾਲ ਨਾ ਭਾਅ ਜੀ, ਬੜਾ ਵੱਡਾ ਫੈਸਲਾ ਕੀਤਾ ਤੁਸੀਂ, ਬੜੇ ਸੁਲਝੇ ਹੋਏ ਸਿਆਣੇ ਲੀਡਰ ਵੀ ਹੋ ਔਰ ਲੰਬੜਦਾਰ ਵੀ ਹੋ, ਅੱਜ ਪਿੰਡ ਦੀ ਜਿਹੜੀ ਚੋਣ ਆ ਸਰਬਸੰਮਤੀ ਨਾਲ ਹੋਈ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਤਾਂ ਸਭ ਵਧੀਆ ਗੱਲ ਤਾਂ ਇਹ ਹੈ, ਆਪਣੇ ਅਮਨ ਮਾਨ ਨਾਲ ਸੰਦੀਪ ਦੇ ਸਾਰਿਆਂ ਨੇ ਭਰੋਸਾ ਕੀਤਾ, ਸਾਰੇ ਪਿੰਡ ਨਾਲ ਰਲ ਕੇ ਇਹਨੂੰ ਸਰਪੰਚ ਨਿਯੁਕਤ ਕੀਤਾ, ਨਾਲ ਉਹਨਾਂ ਦੇ ਮੈਂਬਰ, ਅਤੇ ਇਹ ਬਹੁਤ ਵਧੀਆ ਮੈਸੇਜ ਆ ਵੀ ਸਾਰੇ ਇਲਾਕੇ ਦੇ। ਮੈਂ ਇਹੀ ਬੇਨਤੀ ਕਰਨਾ ਵੀ ਹਰ ਪਿੰਡ ਸਰਬਸੰਮਤੀ ਨਾਲ ਸਰਪੰਚ ਬਣਾਓ, ਲੜਾਈ ਝਗੜੇ ਖਤਮ ਕਰੋ ਔਰ ਵਧੀਆ ਤਰੀਕੇ ਨਾਲ ਪੰਚਾਇਤ ਜਿਹੜੀ ਚੱਲੇ। ਤਾਂ ਸਾਡੇ ਨਾਲ ਮਹਿਲਾਵਾਂ ਵੀ ਨਾਲ ਨੇ ਜਿਹੜੀਆਂ ਜਿਵੇਂ ਪੰਚ ਚੁਣੀਆਂ ਗਈਆਂ ਨੇ। ਭੈਣ ਜੀ, ਅੱਜ ਬੜਾ ਵੱਡਾ ਭਾਗੀ ਦੇਣਾ, ਤੁਸੀਂ ਵੀ ਅੱਜ ਇੱਕ ਮੋਹਤਵਾਰਾਂ 'ਚ ਗਿਣੇ ਗਏ, ਤੁਹਾਡਾ ਨਾਮ ਲਿਸਟ ਵਿੱਚ ਆ ਗਏ, ਤੁਸੀਂ ਮੋਹਤਵਾਰ ਬਣ ਗਏ ਹੋ, ਗਲੇ 'ਚ ਹਾਰ ਪਾਇਆ ਲੋਕਾਂ ਨੇ, ਪਿੰਡ ਦੇ ਵਾਸੀਆਂ ਤੁਹਾਡੇ 'ਤੇ ਵਿਸ਼ਵਾਸ ਕੀਤਾ। ਹਾਂਜੀ, ਮੈਂਬਰ ਪੰਚਾਇਤ ਬਣੇ ਹੋ, ਕੀ ਕਹਿਣਾ ਚਾਹੁੰਦੇ? ਵਧੀਆ ਫੈਸਲਾ ਜਿਹੜਾ ਤੁਸੀਂ ਕੀਤਾ, ਬਹੁਤ ਵਧੀਆ ਫੈਸਲਾ। ਪਿੰਡ ਵਾਲਿਆਂ ਕੀ ਮਿਲ ਕੇ ਤੁਹਾਨੂੰ ਅੱਜ ਸਰਬਸੰਮਤੀ ਨਾਲ ਚੋਣ? ਹਾਂਜੀ, ਭੈਣ ਜੀ ਬੜਾ ਵੱਡਾ ਫੈਸਲਾ ਤੁਹਾਡੇ 'ਤੇ, ਅੱਜ ਤੁਹਾਡੇ 'ਤੇ ਲੋਕਾਂ ਮੋਹਰ ਲਵਾਈ ਹੈ, ਤੁਸੀਂ ਮੈਂਬਰ ਪੰਚਾਇਤ ਬਣੇ ਪਿੰਡ ਦੇ, ਕੀ ਕਹਿਣਾ ਚਾਹੁੰਦੇ? ਵੀ ਪਿੰਡ ਵਿੱਚ ਕੋਈ ਚੰਗਾ ਕੰਮ ਹੋਣਾ ਚਾਹੀਦਾ, ਮਹਿਲਾਵਾਂ ਵਾਸਤੇ ਵੀ ਕੋਈ ਜਨਾਨੀਆਂ ਵਾਸਤੇ ਕੋਈ ਕੰਮ ਬਾਰ ਖੋਲ੍ਹਣਾ ਚਾਹੀਦਾ ਬਸ ਇਹਨਾਂ ਵਾਸਤੇ। ਸਰਕਾਰ ਤੋਂ ਕੀ ਮੰਗ ਕਰਦੇ ਹੋ ਮਹਿਲਾਵਾਂ ਲਈ? ਵੀ ਕੋਈ ਕੰਮ ਮਹਿਲਾਵਾਂ ਵਾਸਤੇ ਖੁੱਲ੍ਹਾ ਜਾਏ, ਰੋਜ਼ਗਾਰ ਮਹਿਲਾਵਾਂ, ਹਾਂਜੀ ਹਾਂਜੀ ਕੋਈ ਖੁੱਲ੍ਹ ਜਾਏ। ਤੋ ਹੋਰ ਵੀ ਮੋਹਤਵਾਰ ਨਾਲ ਨਾ ਭਾਅ ਜੀ, ਅੱਜ ਸਰ ਤੁਸੀਂ ਮੈਂਬਰ ਬਣੇ ਹੋ, ਕੋਈ 2 ਲਫ਼ਜ਼? ਬੜੀ ਖੁਸ਼ੀ ਆ, ਮੈਂ ਆਪਣੇ ਪਿੰਡ ਦੇ ਨਗਰ ਵਾਸੀਆਂ ਨੇ ਬੜੇ ਪਿਆਰ ਨਾਲ ਠਾਕੁਰ ਸੰਦੀਪ ਸਿੰਘ ਨੂੰ ਅਸੀਂ ਚੁਣਿਆ,
ਇਹਦੇ ਨਾਲ ਇਹ ਆ ਵੀ ਪਿੰਡ ਦੀ ਤਰੱਕੀ ਹੁੰਦੀ ਆ, ਇੱਕ ਭਾਈਚਾਰਾ ਪਿੰਡ 'ਚ ਬਣਿਆ ਰਹਿੰਦਾ, ਲੜਾਈਆਂ ਝਗੜੇ ਜਿਹੜੇ ਮਿਟ ਜਾਂਦੇ ਆ। ਇਹ ਬਹੁਤ ਵਧੀਆ ਫੈਸਲਾ ਸਾਡੀ ਪੰਚਾਇਤ ਚਾਰਾਂ ਪੰਜਾਂ ਅੱਗੇ ਟਰਨਾਂ ਦੇ ਵਿੱਚ ਸਰਬਸੰਮਤੀ ਤੋਂ ਹੀ ਬਣਦੀ ਆ ਰਹੀ ਹੈ। ਸਾਨੂੰ ਬਹੁਤ ਖੁਸ਼ੀ ਹੈ, ਇੱਕ ਪਿੰਡ ਦੀ ਡਿਵੈਲਪਮੈਂਟ ਹੋਏਗੀ, ਇੱਕ ਪਿੰਡ ਦੇ ਵਿੱਚ ਲੜਾਈ ਝਗੜਾ ਜਿਹੜਾ ਖਤਮ ਹੋਏਗਾ। ਅੰਕਲ ਜੀ ਆਇਓ, ਸਾਡਾ ਅੰਕਲ ਜੀ ਸੁਲਝੇ ਹੋਏ ਸਿਆਣੇ ਬੰਦੇ ਹੋ, ਸਾਬਕਾ ਸਰਪੰਚ ਨੇ ਜੀ ਪਿੰਡ ਹਵੇਲੀ ਦੇ ਵਿੱਚ ਅੱਜ ਮੌਜੂਦ ਨੇ। ਪਹਿਲਾਂ ਸੰਦੀਪ ਠਾਕਰ ਦੇ ਗਲੇ 'ਚ ਹਾਰ ਪਾਏ ਨੇ, ਮਹਿਲਾਵਾਂ ਚਾਰ ਪੰਜ ਜਿਹੜੀਆਂ ਆਪਣੇ ਪੰਚ ਬਣੀਆਂ ਮੈਂਬਰ ਬਣੀਆਂ, ਉਹਨਾਂ ਕੋਲ ਜਾਣਦਿਆਂ ਸਰ ਬੜਾ ਵੱਡਾ ਫੈਸਲਾ ਕੀਤਾ ਅੱਜ, ਇੱਕ ਦਿਨਾਂ ਦੇ ਵਿਧਾਨ ਸਭਾ ਕਿ ਮਿਸਾਲ ਕਾਇਮ ਕੀਤੀ ਹੈ ਕਿ ਤੁਸੀਂ ਅੱਜ ਇੱਕ ਸਰਸੰਤੀ ਨੇ ਚੋਣ ਕੀਤੀ ਹੈ, ਕੀ ਕਹਿਣਾ ਚਾਹੁੰਦੇ ਜੀ? ਅਸੀਂ ਕਹਿਣਾ ਇਹ ਚਾਹੁੰਦੇ ਹਾਂ ਵੀ ਪਿੰਡ ਦਾ ਵਿਕਾਸ ਹੋਣਾ ਚਾਹੀਦਾ। ਇਹ ਸਾਡੇ ਸੰਦੀਪ ਹਰ ਕੰਮ ਨੂੰ ਜਾਣੂ ਅੱਗੇ ਵੀ, ਅਤੇ ਕੰਮ ਸਾਡੇ ਪਿੰਡ ਦਾ ਚੰਗਾ ਹੋਏਗਾ, ਅੱਗੇ ਨਾਲੋਂ ਵੀ ਚੰਗਾ ਹੋਏਗਾ। ਅੱਗੇ ਤਾਂ ਸਾਡਾ ਪਿੰਡ ਦਾ ਜਿੰਨਾ ਕੁ ਕੰਮ ਹੋਇਆ ਸਾਨੂੰ ਪਤਾ ਹੀ ਆ, ਹੁਣ ਸਾਰਿਆਂ ਨਾਲੋਂ ਜ਼ਿਆਦਾ ਕੰਮ ਅਸੀਂ ਕਰਾਂਗੇ। ਹਾਂਜੀ ਭਾਅ ਜੀ, ਭਾਅ ਜੀ ਅੱਜ ਨਵਨਿਯੁਕਤ ਜਿਹੜੀ ਪੰਚਾਇਤ ਚੁਣੀ ਹੈ, ਕੀ ਕਹਿਣਾ ਚਾਹੁੰਦੇ ਦੋ ਲਫ਼ਜ਼? ਅਸੀਂ ਬਹੁਤ ਵਧੀਆ ਜੀ, ਸਾਡਾ ਠਾਕੁਰ ਸੰਦੀਪ ਸਿੰਘ ਜਿਹੜਾ ਬਹੁਤ ਵਧੀਆ ਸਰਪੰਚ ਹੈ ਜੀ, ਠੀਕ ਆ, ਅਸੀਂ ਚੁਣਿਆ ਜੀ, ਅਸੀਂ ਦਿਲੋਂ ਰਹਿ ਕੇ ਚੁਣਿਆ ਨੂੰ ਜੀ, ਠੀਕ ਆ ਜੀ। ਸਾਡੇ ਪਿੰਡ ਦੀ ਸੰਯੋਗ ਨਾਲ ਅਸੀਂ ਬਹੁਤ ਵਧੀਆ ਸੰਯੋਗ ਦਿੱਤਾ ਅਤੇ ਇਹਨਾਂ ਨੂੰ ਸਰਪੰਚ ਬਣਾਇਆ ਜੀ, ਅਤੇ ਅਸੀਂ ਇਹ ਕਰਨੇ ਆ ਕਹਿੰਦੇ ਹਾਂ ਕਿ ਸਾਨੂੰ ਵਧੀਆ ਤੋਂ ਵਧੀਆ ਕੋਈ ਗਾਂਡ ਕੋਈ ਵਧੀਆ ਵਧੀਆ ਕੰਮ ਕਰਾਇਆ ਜਾਏ। ਇਹ ਸਨ ਸਾਡੇ ਨਾਲ ਗ੍ਰਾਮ ਪੰਚਾਇਤ ਹਵੇਲੀ ਦੇ ਵਾਸੀ ਔਰ ਨਵ ਨਿਯੁਕਤ ਸਰਪੰਚ ਸੰਦੀਪ ਠਾਕਰ ਜੀ, ਜਿਨ੍ਹਾਂ ਨੇ ਅੱਜ ਦੱਸਿਆ ਕਿ 2003 ਤੋਂ, ਬੜੀ ਵੱਡੀ ਗੱਲ ਹੈ ਕਿ 2003 ਤੋਂ ਜਿਹੜੀ ਹੈ ਸਰਸੰਮਤੀ ਹੁੰਦੀ ਆ ਰਹੀ ਹੈ, ਇਸ ਵਾਰ ਵੀ ਪਿੰਡ ਵਾਸੀਆਂ ਨੇ ਰਲ ਕੇ ਸੰਦੀਪ ਠਾਕਰ ਦੇ ਨਾਂ 'ਤੇ ਮੋਹਰ ਲਗਾ ਕੇ ਇਹਨਾਂ ਨੂੰ ਸਰਪੰਚ ਨਿਯੁਕਤ ਕੀਤਾ ਔਰ ਲੋਕਾਂ ਨੂੰ ਉਮੀਦ ਜ਼ਾਹਿਰ ਕੀਤੀ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਆ, ਪੂਰੀ ਉਮੀਦ ਹੈ ਕਿ ਸੰਦੀਪ ਠਾਕਰ ਇੱਕ ਸੁਲਝੇ ਹੋਏ ਪਰਸਨ ਹੈ ਜਿਨ੍ਹਾਂ ਨੂੰ ਅਸੀਂ ਅੱਜ ਇਸ ਵਾਰ ਫਿਰ ਮੌਕਾ ਦਿੱਤਾ। ਉਹਨਾਂ ਨੇ ਪੂਰੀ ਉਮੀਦ ਦਿੱਤੀ ਹੈ ਕਿ ਇਹ ਪਿੰਡ ਦੀ ਡਿਵੈਲਪਮੈਂਟ ਲਈ ਸਭ ਤੋਂ ਅੱਗੇ ਹੋ ਕੇ ਇਹ ਪਿੰਡ ਲਈ ਤਨ ਮਨ ਧਨ ਨਾਲ ਮਿਲ ਜਿਹੜਾ ਉਹ ਪਿੰਡ ਦੀ ਡਿਵੈਲਪਮੈਂਟ ਕਰਵਾਉਣਗੇ। ਕੈਮਰਾਮੈਨ ਬਿੱਟੂ ਦੇ ਨਾਲ ਡਾਕਟਰ ਰਮੇਸ਼ ਰੰਗਲ, ਲਿਵਿੰਗ ਪੰਜਾਬ ਨਿਊਜ਼, ਦੀਨਾਨਗਰ।